ਸੁਖਪਾਲ ਸਿੰਘ ਖਹਿਰਾ ਵੱਲੋਂ ਜਿੱਥੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਗਦੀ ਜ਼ਮੀਰ ਵਾਲੇ ਵਰਕਰ ਪਟਿਆਲਾ ਦੀ ਰੈਲੀ 'ਚ ਸ਼ਮੂਲੀਅਤ ਨਾ ਕਰਨ ਤਾਂ ਇਸ ਉੱਪਰ ਪਲਟਵਾਰ ਕਰਨ ਦੇ ਲਈ ਖਹਿਰਾ ਦੀ ਰਵਾਇਤੀ ਵਿਰੋਧੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੇਬੀ ਜਗੀਰ ਕੌਰ ਮੈਦਾਨ 'ਚ ਆਏ, ਜਿਨ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਦਾ ਏਜੰਟ ਦੱਸਿਆ। ਉਹਨਾਂ ਕਿਹਾ ਕਿ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਦੇ ਸਾਥੀ ਰਹਿਣ ਵਾਲੇ ਹੁਣ ਅਕਾਲੀ ਦਲ ਨੂੰ ਮਸ਼ਵਰਾ ਨਾ ਹੀ ਦੇਣ। ਇਸ ਮੌਕੇ ਬੀਬੀ ਜਗੀਰ ਕੌਰ ਨੇ ਇੱਕ ਵਾਰ ਮੁੜ ਬਰਗਾੜੀ ਮੋਰਚੇ ਨੂੰ ਕਾਂਗਰਸੀ ਮੋਰਚਾ ਦੱਸਿਆ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਇਹਨਾਂ ਦਾ ਸਾਥੀ। ਅੱਜ ਵੀ ਤਾਂ ਉਹ ਰੋਜ਼ ਕਰਦਾ, ਉਹਨੇ ਕਦੀ ਗੁਰੂ ਨੂੰ ਮੰਨਿਆ? ਉਹ ਤਾਂ ਅੱਜ ਤੱਕ ਗੁਰੂ ਵਾਲਾ ਆਪ ਹੀ ਨਹੀਂ ਬਣਿਆ, ਅਤੇ ਕਿਸੇ ਨੂੰ ਕੀ ਗੁਰੂ ਦੇ ਸਬਕ ਸਿਖਾਏਗਾ? ਸਾਨੂੰ ਸਬਕ ਉਹ ਸਿਖਾਉਂਦੇ ਨੇ ਜਿਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਠਾਇਆ। ਇਹ ਤਾਂ ਉਹਦਾ ਪਾਤਰ ਰਿਹਾ, ਇਹ ਤਾਂ ਉਹਦਾ ਗਰੁੱਪ ਦੇ ਵਿੱਚ ਰਿਹਾ, ਉਸ ਪਾਰਟੀ 'ਚ ਰਿਹਾ, ਚਾਰ ਵਾਰੀ ਚੋਣ ਲੜੀ ਇਹਨੇ। ਸਾਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਸਬਕ ਸਿਖਾਏਗਾ ਕਿ ਸਿੱਖੀ ਸਿਧਾਂਤ ਕੀ ਹੈ। ਸਾਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਦੱਸਣਾ ਕਿ ਕਿਹੜੀ ਪਾਰਟੀ ਜਿਹੜੀ ਉਹ ਧਾਰਮਿਕ ਹੈ, ਕਿਹੜੀ ਧਾਰਮਿਕ ਨਹੀਂ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਢਾਉਣ ਵਾਲੀ ਪਾਰਟੀ ਦੇ ਇਹਨੇ ਹੱਥ ਮਲਾਈ ਰੱਖੇ, ਉਹ ਜਾ ਕੇ ਇੰਦਰਾ ਸੋਨੀਆ ਗਾਂਧੀ ਦੇ ਗੋਡੇ ਟੇਕਦਾ ਰਿਹਾ, ਉੱਥੇ ਜਾ ਕੇ ਪੈਰੀਆਂ ਤਲਾਉਂਦਾ ਰਿਹਾ, ਉਹ ਟਿਕਟਾਂ ਚਾਰ ਵਾਰੀ ਲਈਆਂ, ਅੱਜ ਉਹ ਸਾਨੂੰ ਸਬਕ ਸਿਖਾਏਗਾ। ਸੋ ਜਿਹਨਾਂ ਲੋਕਾਂ ਨੇ ਸਾਡੇ 84 ਦੇ ਕਤਲ ਕੀਤੇ, ਜਿਹੜੇ ਸਾਡੇ ਲੋਕਾਂ ਨੇ ਹਜ਼ਾਰਾਂ ਧੀਆਂ ਨੂੰ ਅੱਜ ਬੇਪਤ ਵੀ ਕੀਤਾ ਸੀਗਾ, ਵਿਧਵਾ ਵੀ ਕੀਤੀਆਂ, ਸਾਡੇ ਟਾਇਰ ਪਾਪਕ ਹੈ ਬਜ਼ੁਰਗ ਸਾਰੇ, ਅੱਜ ਉਹ ਸਾਨੂੰ ਸਬਕ ਸਿਖਾਉਣਗੇ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿੱਦਾਂ ਕਰਨਾ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਆਉਂਦਾ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦਾ ਅਦਬ ਰੱਖਿਆ ਔਰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਚੱਲਣ ਦੀ ਹਮੇਸ਼ਾ ਉਹਨਾਂ ਨੇ ਪ੍ਰੇਰਣਾ ਦਿੱਤੀ ਵੀ ਅਤੇ ਲਈ ਵੀ ਹੈ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਵਾਸਤੇ, ਜੋ ਗੁਰਧਾਮਾਂ ਦੇ ਅਪਮਾਨ ਨੂੰ ਬਚਾਉਣ ਵਾਸਤੇ, ਜੋ ਗੁਰਧਾਮਾਂ ਦੇ ਵਿੱਚ ਅਪਮਾਨ ਹੋ ਰਿਹਾ ਸੀਗਾ, ਮੱਸੇ ਰੰਗੜ ਵਰਗੇ ਜੋ ਉੱਥੇ ਅਪਮਾਨ ਕਰ ਰਹੇ ਸੀ, ਉਹਨਾਂ ਨੂੰ ਬਾਹਰ ਕੱਢਿਆ, ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸਬਕ ਦੇਣਗੇ? ਦੇਖੋ, ਮੋਰਚਾ ਕੌਣ ਲਾ ਕੇ ਬੈਠਾ ਹੈ, ਇਹਦਾ ਮਤਲਬ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਵੀ ਉਹਨਾਂ ਦਾ ਹਿੱਸਾ ਹੈ। ਇਹ ਸਭ ਪੈਸੇ ਇਕੱਠੇ ਕਰਨ ਵਾਸਤੇ, ਬਾਹਰੋਂ ਲੋਕਾਂ ਕੋਲੋਂ ਪੈਸੇ ਮੰਗਾਉਣ ਵਾਸਤੇ, ਔਰ ਕਾਂਗਰਸ ਦੇ ਏਜੰਟ ਬੈਠੇ ਹੋਏ ਹੈ, ਕਾਂਗਰਸ ਦਾ ਏਜੰਟ ਸਰਦਾਰ ਸੁਖਪਾਲ ਸਿੰਘ ਖਹਿਰਾ ਵੀ ਹੈ। ਅੱਜ ਵੀ ਇਹਨਾਂ ਨੇ ਚੋਣਾਂ ਜਿਹੜੀਆਂ ਸੁਖਪਾਲ ਸਿੰਘ ਖਹਿਰੇ ਨੇ ਅਤੇ ਕਾਂਗਰਸ ਨੇ ਰਲ ਕੇ ਲੜੀਆਂ, ਕਿਉਂਕਿ ਇਹ ਕਹਿੰਦਾ ਮੇਰੇ ਤਾਂ ਬੜਾ ਵੱਡਾ ਅਹਿਸਾਨ ਹੈ, ਮੈਂ ਕਾਂਗਰਸ ਦਾ ਇੱਕ ਹਿੱਸਾ, ਇੱਕ ਏਜੰਟ ਹੈ, ਇਹ ਉਹਦਾ ਇੱਕ ਬਹੁਤ ਵੱਡਾ ਪਾਤਰ ਹੈ।